चाहे किसान होन जां फिर आम जनता, हर एक नूं प्रशासन दी माड़ी कारगुजारी दा शिकार होना पै रिहा है। ਇਹ ਤਸਵੀਰਾਂ ਜਿਹੜੀਆਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਖਰੜ ਦੀਆਂ ਨੇ। ਨਗਰ ਕੌਂਸਲ ਖਰੜ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਰਕੇ ਖਰੜ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਸੀਵਰੇਜ ਦੇ ਪਾਣੀ ਦੀ ਮਾਰ ਹੈ। ਪਿੰਡ ਰੰਗੀਆ ਦੇ ਕਈ ਕਿਸਾਨਾਂ ਨੂੰ ਫਸਲ ਦੀ ਬਰਬਾਦੀ ਦੀ ਮਾਰ ਚੱਲਣੀ ਪੈ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਦਾ ਹੱਲ ਨਹੀਂ ਕੱਢਿਆ ਜਾ ਰਿਹਾ। ਰੰਗੀਆਂ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਵਿੱਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਪੂਰੇ ਮਾਮਲੇ ਦੇ ਸੰਬੰਧੀ ਜਦ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇਸ ਸਮੱਸਿਆ ਦੇ ਬਾਰੇ ਕਈ ਵਾਰ BDPO ਅਤੇ ਨਗਰ ਕੌਂਸਲ ਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਨੇ, ਪਰ ਉਹਨਾਂ ਦੇ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ। ਇਹ ਜਿਹੜਾ ਪਾਣੀ ਅੰਬਿਕਾ ਸਕੂਲ ਕੋਲ ਤੇ ਆਉਂਦਾ ਨਾ ਖਰੜ ਦਾ ਮਿਊਨਿਸਪਲ ਕਮੇਟੀ ਦਾ, ਇਹਨਾਂ ਨੂੰ ਵੈਸੇ ਤਾਂ ਆਪ ਪ੍ਰਬੰਧ ਕਰਨਾ ਚਾਹੀਦਾ, ਪਰ ਜੇ ਸਾੜਿਆ ਵੀ ਹੁਣ ਇੱਥੇ ਮਸਲਾ ਆ ਗਿਆ, ਸਾਡੇ ਥੋੜ੍ਹੇ ਜਿਹੇ ਪੋਪਨਿਆਂ ਦੀਆਂ ਚੋਈਆਂ ਲੱਗੀਆਂ ਵੀ, ਪੋਪਨਿਆਂ ਦੀ ਚੋਈ ਮਾਂ ਪੈਪ ਦਬਾ ਕੇ ਗੇ ਰਿਹਾ ਇਹ ਪਾਣੀ, ਨਹੀਂ ਤਾਂ ਬਹੁਤ ਬੁਰਾ ਹਾਲ ਹੈ ਜੀ। ਸਾਡੇ 4-5 ਪਿੰਡਾਂ ਨੂੰ ਨੁਕਸਾਨ ਹੋਊਗਾ, ਅਸੀਂ ਧਰਨਾ ਦੇ ਦੇਣਾ ਬੈਠ ਕੇ ਕਮੇਟੀ ਵਿੱਚ। ਜਿਹੜਾ ਕੁਛ ਮਸਲਾ ਆਪੇ ਸਰਕਾਰ ਹੱਲ ਕਰੂਗੀ। ਅਸੀਂ ADC ਸਾਹਿਬ ਨੂੰ ਮਿਲੇ, SDM ਸਾਹਿਬ ਨੂੰ, ਸਾਡਾ 1 ਮਹੀਨੇ ਦੇ ਕਿਸੇ ਵੀ ਬੰਦੇ ਨੇ ਕੋਈ ਮਸਲਾ ਹੱਲ ਨਹੀਂ ਕਰਿਆ। ਹੁਣ ਤਾਂ ਸੰਘਰਸ਼ ਦਾ ਹੀ ਹੈ, ਇਹ ਵੀ ਸੰਘਰਸ਼ ਕਰੂੰਗੇ। ਵਿਹਲੇ ਹੋ ਗਏ ਅਸੀਂ ਬਿਜਾਈ 'ਤੇ, ਉੱਥੇ ਬੈਠ ਜਾਣਾ SDM ਦਫ਼ਤਰ ਦਾ ਘਰਾਓ ਕਰਕੇ, ਫਿਰ ਇਹਨਾਂ ਦੀ ਮਰਜ਼ੀ ਹੈ ਵੀ ਕਿਆ ਕਿੱਦਾਂ ਘਰਾਓ ਕਰਾਉਣਾ। ਕਿੰਨੇ ਦਿਨ ਦਾ ਅਲਟੀਮੇਟਮ ਦੇ ਰਹੇ ਹੋ? ਅਲਟੀਮੇਟਮ ਕਾਹਦਾ ਜੀ, ਅਸੀਂ ਤਾਂ ਕੱਲ੍ਹ ਪਰਸੋਂ ਤੱਕ ਕਰ ਲੈਣਾ ਜੀ, ਚੱਕ ਦੇਣਾ ਸਾਈਡ। ਸਿਰਫ 2 ਦਿਨ ਦਾ ਜੀ, 2 ਦਿਨ ਮਾ ਨਾ ਇਹਨਾਂ ਨੇ ਕਾਰਵਾਈ ਕੋਈ ਮਸਲਾ ਹੱਲ ਕਰਿਆ ਜੀ, ਅਸੀਂ SDM ਦਫ਼ਤਰ ਦਾ ਘਰਾਓ ਕਰ। ਮੇਰਾ ਨਾਂ ਹਰਮੇਸ਼ ਕੁਮਾਰ ਹੈ ਜੀ। ਕਿਹੜਾ ਪਿੰਡ ਹੈ ਜੀ? ਰੰਗੀਆਂ ਪਿੰਡ ਹੈ ਜੀ। ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ? ਪ੍ਰੋਬਲਮ ਜੀ, ਜਿਹੜਾ ਗੰਦਾ ਪਾਣੀ ਆ ਰਿਹਾ ਖਰੜ ਤੋਂ ਜੀ, ਇਹਨੇ ਸਾਡੀ ਫਸਲ ਖਰਾਬ ਕਰਤੀ ਆ। ਮੌਕੇ 'ਤੇ ਤੁਸੀਂ ਦੇਖ ਲਓ ਜੀ, ਸਾਡੀ ਕਣਕ ਬੀਜੀ ਵੀ ਗੰਦਾ ਬੀਜਿਆ ਵਾ, ਇਹ ਪਾਣੀ ਸਾਡੇ ਖੇਤਾਂ 'ਚ ਵੜ ਗਿਆ। ਕਿੰਨੇ ਕਿੱਲੇ ਖਰਾਬ ਹੋਏ? ਸਾਡੇ ਜੀ 4 ਕਿੱਲੇ ਅਤੇ ਸਾਡੇ 2-3-5 ਦੇ ਹੋ ਗਏ ਖਰਾਬ। ਪਾਣੀ ਦਿੱਕਤ ਆ ਕਿਉਂ ਰਹੀ ਹੈ? ਇਹ ਹੈ ਜੀ, ਪਹਿਲਾਂ ਪੂਰੇ ਬਰਸਾਤੀ ਪਾਣੀ ਮਾੜਾ ਮੋਟਾ ਆਉਂਦਾ, ਸੁੱਕ ਜਾਂਦਾ ਤਾ, ਹੁਣ ਜਿੱਦਣ ਦਾ ਇਹ ਪਾਣੀ ਖੈੜ ਦਾ ਲੱਗਿਆ ਨਾ, ਹੁਣ ਇਹਨੇ ਬਰਬਾਦੀ ਕਰ ਦਿੱਤੀ। ਆਹ ਦੇਖ ਲਓ ਜੀ, ਮੌਕੇ ਸਿਵਰੇ ਦਾ ਪਾਣੀ ਆ ਰਿਹਾ। ਸਾਰਿਆਂ ਨੂੰ ਐਪਲੀਕੇਸ਼ਨ ਦਿੱਤੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਦੇ ਬਾਰੇ, ਕਿਸੇ ਨੂੰ ਸ਼ਿਕਾਇਤ ਕੀਤੀ? ਹਾਂ ਯਾਦ ਹੈ, ਤਕਾਸ਼ ਹੈ ਜੀ, ਗਏ ਤੇ ਹੁਣੇ ADM ਸਾਹਿਬ, ਉਹਨਾਂ ਨੇ ਵੀਡੀਓ ਨੂੰ ਕੋਈ ਬੰਦਾ ਨਹੀਂ ਜਾਇਆ। ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਜੀ ਪਾਣੀ ਬੰਦ ਹੋਣਾ ਚਾਹੀਦਾ ਜੀ, ਜਿਹੜਾ ਸਿਵਰੇ ਦਾ ਪਾਣੀ ਬੰਦ ਹੋਵੇ ਸਾਡਾ ਖੁਦ ਬਚਾਓ ਜੀ। ਹੁਣ ਆਖਰਕਾਰ ਕਿਸਾਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਮਾਮਲਾ ਹੱਲ ਨਾ ਹੋਣ ਦੀ ਸੂਰਤ ਦੇ ਵਿੱਚ ਨਗਰ ਕੌਂਸਲ ਅਤੇ SDM ਦਫ਼ਤਰ ਅੱਗੇ ਧਰਨਾ ਲਗਾਉਣ ਦੀ ਚੇਤਾਵਨੀ ਵੀ ਦੇ ਦਿੱਤੀ ਹੈ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਖਰੜ ਦੇ ਲੋਕਾਂ ਦੀ ਇਹ ਸਮੱਸਿਆ ਕਦੋਂ ਹੱਲ ਹੁੰਦੀ ਹੈ। ਖਰੜ ਤੋਂ ਡੈਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।